अस्सलाम वालेकुम दोस्तों, क्या हाल है? ठीक हो तो बेहद से ठीक है दोस्तों। मैं जफर, दोस्तों मेरा यूट्यूब चैनल दे पाया वेला मुंडा जफर। तो नाजरीन मैं को दसा है कि मैं अपने चैनल का ना कि मैं ठीक है भी ये पे तो जुलते पे शाज माल दे तौक भी लिखे ने अपना शाज माल शहर तौक लिखे ने सारे शहर की खूबसूरती की वजह से चलते हैं। ਅਸਾਂ ਪੈਟਰੋਲ ਪਵਾ ਕੇ ਨੂੰ ਵੱਲ ਜੁਲਨੇ ਆ ਕੇ ਆਪਣਾ ਸਫ਼ਰ ਜਾਰੀ ਕਰ ਰਹੇ ਨੇ। ਇਹ ਸਮੇਂ ਅਸਾਂ ਪੰਪ ਤੇ ਪਹੁੰਚ ਗਏ ਹਾਂ। ਇਹ ਮੀਆਂ ਇਮਰਾਨ ਧਨੋਤਰ ਕਾ ਪੈਟਰੋਲ ਪੰਪ ਹੈ ਜੀ, ਮਾਰਕਾ ਚੈੱਕ ਕਰੋ। ਹਾਂ, ਮੈਨੇ 150 ਰੁਪਏ ਦਾ ਪੈਟਰੋਲ ਪਵਾਇਆ। ਟਰਾਈ ਸ਼ੌਪ ਸਰ, ਆਪਣੇ ਪੈਟਰੋਲ ਕਿੰਨੇ ਕਾ ਡਲਵਾਇਆ ਹੈ? 150 रुपए का। मुल्ला अल्लाह चौक ते पहुंच गए हैं, शाहजमाल एंट्री है सारी। व्यूअर अस दुकान ते पहुंच गए हैं, शाहजमाल तो चीजा चीजा गिनने हैं ते पाक भी दिखे ने। व्यूअर अस खाली साइकिल का सामान गिने, साडू साथ साथ नाल है, साइकिल का सामान गिने क्योंकि पेट्रोल वगैरह महंगा थी गया ते साइकिल वाली दुकान ते पहुंच गए हैं। अगर दुकान तो साथ साथ सामान गिने पे साइकिल दा, देखो चेक करो दुकान। इनो पकोड़े समोसे लाए थे, जाए मैंने बिरा खावने हो, मैं मोस्ट वेलकम। हाँ तो वीवर ऐसा सामान वगैरह गेन क्यों रवाना थी पे अपने घर। वीवर टोटल सामान बने 200 दा ते साइकिल की दे साइकिल वालों बना चार साथ यकीन करो साइकिल चले। ਨਿਸ਼ਾਨ ਦੀ ਦੁਕਾਨ ਤੇ ਪਹੁੰਚ ਗਏ, ਤੋ ਅਕਾਊਂਟ ਹੈ ਬੈਲੈਂਸ ਤੇ ਸਟਵੇ ਨੇ ਅਕਾਊਂਟ ਦੇ ਪੈਸੇ ਕਟਵਾ ਕੇ ਮੋਬਾਈਲ ਦਾ ਵੀ ਗਿਲਾਸ ਵਗੈਰਾ ਚੜਵਾਉਣੇ ਉਹ ਚੜਵਾ ਕੇ ਵਾਲ ਜੁਲਦੇ ਐ ਘਰ ਸਿੱਧਾ ਘਰ ਹਲੋ ਸਾਧ ਹੋਣੀ ਕਿ ਬੰਦੇ ਮਤਲਬ ਖਲੂ ਦਾ ਸ਼ਲੋ ਦਾ ਕੌਣ ਭਾਈ ਜੀ ਦੀ ਪੈਸੇ ਦੀ ਦੁਕਾਨ ਹੈ, ਤੋ ਸਾਧ ਹੋਣੀ ਸਾਡੇ ਅਕਾਊਂਟ ਦੇ ਪੈਸੇ ਸਟਵੇ ਨੇ ਵੀ ਵਾਰ ਅਸਾਂ ਉਹ ਦੁਕਾਨ ਤੋਂ ਈਜ਼ੀ ਪੈਸਾ ਸਟਵਾ ਕੇ ਉਹਨਾਂ ਸਭੀ ਦੁਕਾਨ ਤੇ ਆਏ ਇੱਥੇ ਮੋਬਾਈਲ ਦਾ ਗਿਲਾਸ ਚੜਵੇ ਨੇ ਪੈਸੇ ਯਾਰ ਪੈਸੇ ਲੱਗਦੇ ਪੈਣ ਵੀ ਇੱਕ ਵਾਰ ਪੈਸੇ ਉਡਰਦੇ ਮੈਨੂੰ ਯਕੀਨ ਕਰੋ। ਮੇਰੀ ਦੁਕਾਨ 'ਤੇ ਪਹੁੰਚ ਗਏ ਇਹਨੇ ਭਾਈ ਜਾਨੋ ਨਿਕਲੋ ਗਿਲਾਸ ਚੜਵੇ ਨੇ ਮੋਬਾਈਲ ਦਾ ਅਤੇ ਭਲਾ ਇਨਸ਼ਾ ਅੱਲਾ ਘਰ ਵੱਲ ਸਹੀ ਵੀਡੀਓ ਦਾ ਘਰ ਐਂਡ ਕਰੇ ਇਸ ਨੂੰ ਯਾਰ ਤੋਂ ਨਾ ਸਪੋਰਟ ਕੀਤੀ ਹੋ ਨਾ ਮੈਂ ਮਜ਼ੇ ਮਜ਼ੇ ਦਾ ਵੀਡੀਓ ਸਟਵਾ ਵੀਵਰ। ਤਕਰੀਬਨ ਅਸਾਂ 4-5 ਦੁਕਾਨਾਂ ਫਿਰ ਚੁੱਕੇ ਹਾਂ, ਅਸਾਂ ਕਿਤੋਂ ਕੋਈ ਅੱਛਾ ਜਿਹਾ ਮੋਬਾਈਲ ਕਹਿ ਨਹੀਂ ਮਿਲਿਆ ਅਤੇ ਅਸਾਂ ਹੁਣ ਸ਼ਾਹਜਮਾਲ ਦੀ ਤਕਰੀਬਨ ਬਲੋਚ ਮੋਬਾਈਲ ਸਪੇਅਰਸ ਇਹਨੇ ਕੋਲ ਪਹੁੰਚ ਗਿਆ, ਇਹਨੇ ਕੋਲੋਂ ਮੋਬਾਈਲ ਗਿੰਦੇ ਹਾਂ ਕੋਈ ਚੰਗਾ ਜਿਹਾ ਵੀਗੋ ਟੈਲ ਸਾਰੋਂ ਯਾਦ ਨੇ ਵੀਗੋ ਟੈਲ ਆਪਣੇ ਅਬੂ ਦੇ ਖਾਤਰ ਮੋਬਾਈਲ ਗਿੰਦੇ ਵਗਨ, ਮਤਲਬ ਕਿ ਅਬੂ ਚਲੇ ਸਨ ਮੋਬਾਈਲ ਗਿੰਦੇ ਵਗਨ। ਤੁਹਾਨੂੰ ਅੰਦਰ ਦਾ ਮਾਹੌਲ ਲਿਖੇ ਨੇ ਦੁਕਾਨ ਕਿਵੇਂ ਵੱਲ ਚਲਦੇ ਹੈ ਅੰਦਰ। ਹਾਂ ਤੋ ਵੀ ਵਾਰ ਅਸਾਂ ਬਈ ਦੁਕਾਨ ਤੇ ਪਹੁੰਚ ਗਏ, ਤੋ ਸਾਡੇ ਉਸਤਾਦ ਸਾਹਿਬਾਨ ਕੈਦਰ ਸਿਪਾਰੇ ਬਾਲਣ ਦੇ ਗਿਣ ਸਨ। ਇਹ ਖਾਲਿਦ ਬੁੱਕ ਸਪੋਰਟਸ ਵਾਲੀ ਦੀ ਇਹ ਦੁਕਾਨ ਇਸ ਸ਼ਾਹਜਮਾਲ ਦੇ ਅੰਦਰ, ਜੋ ਹੀ ਤੁਸੀਂ ਸ਼ਾਹਜਮਾਲ ਦੇ ਐਂਟਰ ਸੀ ਤਕਰੀਬਨ 4-5 ਨੰਬਰ 'ਤੇ ਨਾ ਇਹਦੀ ਦੁਕਾਨ, ਤੁਸੀਂ ਇਹ ਤੋਂ ਹਰ ਟੋਟਲ ਚੀਜ਼ ਮਿਲ। ਇਹ ਬਾਲਣ ਦੇ ਮਤਲਬ ਕਿ ਕ੍ਰਿਕਟ ਵਾਲੇ ਬੱਲੇ ਵਗੈਰਾ ਜਾਂ ਮੇਰੇ ਵੀਰਾ ਗਿਰਨਾ ਹੋਵੇ ਨਾ ਹੀ ਦੁਕਾਨ 'ਤੇ ਵੀ ਗੱਲ ਨਹੀਂ ਕਰਾਂ। ਹਾਂ ਤੋ ਵੀ ਵਾਰ ਹੁਣ ਅਸਾਂ ਸ਼ਾਹਜਮਾਲ ਦੇ ਵਿੱਚੋਂ ਨਿਕਲੇ ਹੋਏ ਨੇ, ਹੁਣ ਡਾਇਰੈਕਟ ਮੈਂ ਪੈ ਘਰ ਸਾਰੇ ਹਾਫਿਜ਼ ਸਾਹਿਬ ਹੋਣੀ ਦਿਖਣੀ ਮੈਨੂੰ ਬਖਸ਼ੀ ਬਖਸ਼ੀ ਕੀ ਨਿਆਣ ਕਰੇ ਨੇ ਪੈ ਮਿਲਨੇ ਅਗਲੀ ਵੀਡੀਓ ਨਾਲ, ਤਦ ਤੱਕ ਅੱਲਾ ਹਾਫਿਜ਼।